ਜੈ ਮਾਤਾ ਜੀ ਭਾਈ ਦਾ ਬਲੋਕ ਜਾਗਰਨ ਦਾ ਬਾਈ ਤਾੜੀ ਵਜਾ ਕੇ ਮਹਾਮਾਈ ਬਿਰਾਜਮਾਨ ਹੈ ਦੇਖੇ ਮੇਰੀ ਮਾਂ ਮੱਥੇ ਜਿਨਾ ਜਿਨਾ ਟੇਕੇ ਮੇਰੀ ਮਾਂ ਮੱਥੇ ਜਿਨਾ ਜਿਨਾ ਟੇਕੇ ਮੇਰੀ ਮਾਂ ਨੂੰ ਸਾਰੇ ਸਵੀਕਾਰ ਹੋ ਗਏ ਸ਼ੇਰਾਂ ਵਾਲੀ ਦੇ ਤਵਰ ਉੱਤੇ ਆ ਵਰਤ ਰੱਖਣਾ ਆ ਮੈਂ ਕਿਹਾ ਇਹ ਵੀ ਲੜਾਈ ਵਾਲੀ ਗੱਲ ਹੀ ਹੈ
ਇਹਦੇ ਨਹੀਂ ਤਾਂ ਮੈਂ ਵਰਤ ਨਹੀਂ ਰੱਖਣਾ ਫਿਰ ਸਵੇਰੇ ਉੱਠ ਕੇ ਤੇਰਾ ਸਿਆਪਾ ਹੀ ਕਰੂੰਗੀ ਮੈਂ ਕਿਹਾ ਵੀ ਚਲੋ ਮੈਂ ਦੂਜੀ ਦੁਕਾਨ ਤੇ ਗਿਆ ਉਹ ਬਾਈ ਬੜਾ ਨਾਰਾਜ਼ ਬੜਾ ਸੁਸਤ ਲੱਗਦਾ ਮੈਂ ਕਿਹਾ ਕੁਝ ਨਹੀਂ ਯਾਰ ਤੇਰੀ ਭਾਬੀ ਨੇ ਡਿਮਾਂਡ ਕਰਤੀ ਵੀ ਪਲਾਜ਼ੋ ਸੂਟ ਲੈਣਾ ਤੇ ਉਹੀ ਪਾਣਾ ਕਰਵਾ ਚੌਥ ਤੇ ਤੇ ਕਹਿੰਦਾ ਲੈ ਦੇ ਫਿਰ ਮੈਂ ਕਿਹਾ ਯਾਰ ਮਿਲਿਆ ਹੀ ਨਹੀਂ ਮੈਂ ਤੇ ਸਾਰਾ ਬਾਜ਼ਾਰ ਘੁੰਮਾਇਆ ਤੇ ਕਹਿੰਦਾ ਕੋਈ ਨਹੀਂ ਮੈਂ ਹੱਲ ਕੱਢ ਦਿੰਦਾ ਕਰਾ ਕੇ ਮੈਨੂੰ ਦੇ ਦਿੱਤਾ ਜੀ ਮੈਂ ਆਪਣੀ ਘਰ ਵਾਲੀ ਨੂੰ ਲਿਆ ਕੇ ਉਹ ਸੂਟ ਪਵਾਤਾ ਤੇ ਉਹਨੇ ਕਰਵਾ ਚੌਥ ਦਾ ਵਰਤ ਰੱਖ ਲਿਆ ਰਾਤ ਨੂੰ ਜਦੋਂ ਸਰਗੀ ਦੇਣ ਦਾ ਟਾਈਮ ਆਇਆ ਲੋਕ ਆਪਣੀਆਂ ਧੀਆਂ ਨੂੰ ਭੁੱਖਾਂ ਦੇ ਵਿੱਚ ਮਾਰਦੇ ਆ ਨਾ ਉਹਨਾਂ ਨੂੰ ਜਗਰਾਤੇ ਨਹੀਂ ਕਰਾਉਣੇ ਚਾਹੀਦੇ ਕੰਜਕਾਂ ਵਾਲੇ ਦਿਨ ਘਰ ਘਰ ਜਾ ਕੇ ਕੰਜਕਾਂ ਲੱਭਦੇ ਆ ਜੇ ਤੁਸੀਂ ਕੰਜਕਾਂ ਨੂੰ ਭੁੱਖਾਂ ਦੇ ਵਿੱਚ ਮਾਰ ਦਿਓਗੇ ਤੇ ਕੰਜਕਾਂ ਲੱਭਣੀਆਂ ਕਿੱਥੋਂ ਆ ਕੀ ਕਹਿੰਦੇ ਆ ਕਿਉਂ ਪਾਪੀ ਮਾਂ ਪਿਓ ਵੇ ਰਸਤੇ ਦੇ ਵਿੱਚ ਕਿਤੇ ਰਾਜੇ ਅਕਬਰ ਦਾ ਡੇਰਾ ਲੱਗਿਆ ਹੋਇਆ ਸੀ ਜਦੋਂ ਉਸ ਡੇਰੇ ਦੇ ਕੋਲੋਂ ਸਾਧ ਸੰਗਤ ਜਾ ਰਹੀ ਢੋਲਕ ਛੈਣਿਆਂ ਦੀ ਨਗਾਰ ਸੁਣੀ ਤੇ ਰਾਜੇ ਅਕਬਰ ਦੇ ਸਿਪਾਹੀ ਡਰ ਗਏ ਵੀ ਕਿਸੇ ਦੁਸ਼ਮਣ ਨੇ ਹਮਲਾ ਕਰ ਛੱਡਿਆ ਜੀ ਜਾ ਕੇ ਰਾਜੇ ਨੂੰ ਇਤਲਾਹ ਦਿੱਤੀ ਰਾਜੇ ਨੇ ਆਪਣੀ ਸੈਨਾ ਦੇ ਯੋਧੇ ਭੇਜੇ ਉਹਨਾਂ ਨੇ ਆ ਕੇ ਦੱਸਿਆ ਕਿ ਮਹਾਰਾਜ ਕੋਈ ਸੈਨਾ ਨਹੀਂ ਆਈ ਇਹ ਕੋਈ ਭਗਤਾਂ ਦੀ ਟੋਲੀ ਹੈ ਮਾਈ ਦੇ ਦਰਸ਼ਨ ਕਰਨ ਜਾ ਰਹੀ ਉਹਨਾਂ ਦੀ ਸ਼ਾਦੀ ਨੂੰ ਉਹਨਾਂ ਦੇ ਘਰੇ ਕੋਈ ਔਲਾਦ ਨਹੀਂ ਸੀ ਜਕਾਰਾ ਸਭਨਾ ਦੀ ਝੋਲੀ ਭਰਨ ਵਾਲੀ ਮਾਈ ਜੀ ਦਾ ਸੋ ਸਾਧ ਸੰਗਤ ਜੀ ਪੱਲਾ ਫੜ ਕੇ ਹੱਥ ਜੋੜ ਕੇ ਕਹਿੰਦੇ ਜਿਸ ਮੇਰੀ ਬੇਟੀ ਨੇ ਫਲ ਝੋਲੀ 'ਚ ਪਵਾਉਣਾ ਹੋਵੇ ਆਪਣੇ ਸ਼੍ਰੀ ਮਾਨ ਦੇ ਨਾਲ ਇੱਧਰ ਆ ਕੇ ਸਾਈਡ 'ਚ ਮਾਂ ਦੀ ਜੋਤਾਂ ਦੇ ਕੋਲ ਬੈਠ ਜਾਓ ਜਿੰਨੇ ਝੋਲੀ ਓ ਆਏ ਦੇ ਨਵਰਾਤੇ ਰਾਣੀਏ ਆਏ ਦੇ ਨਵਰਾਤੇ ਹੋ ਘਰ ਘਰ ਦੇ ਵਿੱਚ ਮਾਏ ਹੋਵਣ ਤੇਰੇ ਨਿਤ ਜਗਰਾਤੇ ਆਏ ਤੇਰੇ ਨਰਾਤੇ ਰਾਣੀਏ ਆਏ ਤੇਰੇ ਨਰਾਤੇ